ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਜਿਹੜੇ ਬਾਰਡ ਅਟੈਂਡੈਂਟ ਦੇ ਪੇਪਰ ਹੈ ਜੀ ਹੋਵੇਗਾ ਗਾਹਾਂ ਉਹਦੇ ਵਿੱਚ ਜੇ ਬਾਈ ਚਾਂਸ ਤੁਸੀਂ ਆਪਣੀ ਆਈਡੀ ਤੇ ਪਾਸਵਰਡ ਭੁੱਲ ਚੱਕਿਓ ਜੀ ਉਹ ਰਿਕਵਰ ਕਿਵੇਂ ਕਰਨਾ ਹੈ ਕਿਵੇਂ ਤੁਸੀਂ ਉਸ ਨੂੰ ਦੁਬਾਰੋਂ ਆਪਣੇ ਐਸਐਮਐਸ ਰਾਹੀਂ ਪ੍ਰਾਪਤ ਕਰ ਸਕਦੇ ਜੀ ਸਾਰੀ ਡਿਟੇਲ ਦੇਵਾਂਗੇ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀਰਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਚਲੋ ਪਹਿਲਾਂ ਆ ਤੁਸੀਂ ਨੋਟਿਸ ਦੇਖ ਸਕਦੇ ਹੋ ਜੀ ਜਿਹੜਾ ਕੱਲ੍ਹ ਹੀ ਜਾਰੀ ਹੋਇਆ ਜਿਹਦੇ ਵਿੱਚ ਦੱਸਿਆ ਗਿਆ ਜੀ ਜਿਹੜਾ ਪੇਪਰ ਹੋਣਾ ਸੀ ਜੀ ਉਹ 28 ਨਵੰਬਰ 2020 ਨੂੰ ਹੋਣਾ ਸੀ ਹੁਣ ਉਹ ਹੋਵੇਗਾ ਜੀ ਹੁਣ 14 ਨਵੰਬਰ 2021 ਨੂੰ ਐਤਵਾਰ ਵਾਲੇ ਦਿਨ ਹੋਵੇਗਾ ਜੀ ਇਹ ਠੀਕ ਹੈ ਜੀ ਇਹਦੇ ਕਰਕੇ ਹੁਣ ਆਪਾਂ ਨੂੰ ਆਈਡੀ ਪਾਸਵਰਡ ਦੀ ਲੋੜ ਹੈ ਜੀ ਕਿਉਂਕਿ ਆਪਾਂ ਨੇ ਐਡਮਿਟ ਕਾਰਡ ਵੀ ਡਾਊਨਲੋਡ ਕਰਨੇ ਨੇ ਠੀਕ ਹੈ ਜੀ ਤਾਂ ਇਸ ਵਾਰੀ ਤੁਹਾਨੂੰ ਐਡਮਿਟ ਕਾਰਡ ਡਾਊਨਲੋਡ ਕਰਨ ਵਾਸਤੇ ਕੀ ਕਰਨਾ ਹੈ ਜੀ ਸਿੱਧਾ ਆਫੀਸ਼ੀਅਲ ਸਾਈਟ ਤੇ ਜਾਣਾ ਜੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਸਾਈਟ ਤੇ ਪਹੁੰਚ ਚੁੱਕੇ ਆ ਉਸ ਤੋਂ ਬਾਅਦ ਤੁਸੀਂ ਆ ਦੇਖ ਸਕਦੇ ਹੋ ਨਿਊ ਰਜਿਸਟ੍ਰੇਸ਼ਨ ਤੇ ਕੈਂਡੀਡੇਟ ਲੌਗਇਨ ਦੀ ਆਪਸ਼ਨ ਆ ਰਹੀ ਹੈ ਜੀ ਤੁਸੀਂ ਆ ਜਿਹੜਾ ਕੈਂਡੀਡੇਟ ਲੌਗਇਨ ਹੈ ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਨੀਚੇ ਦੇਖ ਲੈਣਾ ਜੀ ਦੋ ਚੀਜ਼ਾਂ ਦੇ ਆਪਸ਼ਨ ਆ ਰਹੀ ਹੈ ਜੀ ਨੀਤੇ ਕੈਂਡੀਡੇਟ ਲੌਗਇਨ ਵਾਸਤੇ ਤੁਹਾਡੀ ਰਜਿਸਟ੍ਰੇਸ਼ਨ ਆਈਡੀ ਤੇ ਪਾਸਵਰਡ ਠੀਕ ਹੈ ਪਰ ਆਪਣੇ ਕੋਲ ਹੈ ਨਹੀਂ ਤਾਂ ਕਰਕੇ ਆ ਜਿਹੜੀ ਰਿਕਵਰ ਦੀ ਆਪਸ਼ਨ ਹੈ ਜੀ ਇਹ ਤੇ ਕਲਿੱਕ ਕਰ ਦੇਣਾ ਜੀ ਤੁਸੀਂ ਜਦੋਂ ਤੁਸੀਂ ਇਸ ਤੇ ਕਲਿੱਕ ਕਰੋਗੇ ਜੀ ਤਾਂ ਤੁਹਾਡੇ ਨੀਚੇ ਆ ਲਿਖਿਆ ਆਵੇਗਾ ਆ ਤੁਸੀਂ ਦੇਖ ਸਕਦੇ ਹੋ ਜੀ ਇਸ ਤੋਂ ਬਾਅਦ ਜਿਹੜਿਆ ਨੀਚੇ ਆ ਗਿਆ ਜੀ ਫੋਰਗਟ ਪਾਸਵਰਡ ਵਾਸਤੇ ਕੀ ਕੁਝ ਚਾਹੀਦਾ ਇੱਕ ਤਾਂ ਰਜਿਸਟ੍ਰੇਸ਼ਨ ਚਾਹੀਦਾ ਜੀ ਆਪਾਂ ਨੂੰ ਨੰਬਰ ਜਿਹੜਾ ਆਪਾਂ ਨੇ ਜਦੋਂ ਪੋਸਟ ਭਰੀ ਤੀਜੀ ਉਸ ਸਮੇਂ ਸਾਨੂੰ ਦਿੱਤਾ ਤੀਜੀ ਜਿਹੜੇ ਵੀ ਕੈਫੇ ਤੋਂ ਭਰਾਈ ਆ ਚਾਹੇ ਆਪ ਭਰੇ ਜੀ ਨੇ ਵੀ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਮੋਬਾਈਲ ਨੰਬਰ ਭਰ ਦੇਣਾ ਜੀ ਉਸ ਤੋਂ ਬਾਅਦ ਤੁਹਾਨੂੰ ਕੀ ਕਰਨਾ ਇੱਥੇ ਵੈਰੀਫਿਕੇਸ਼ਨ ਕੋਡ ਹੈ ਜੀ ਵੈਰੀਫਿਕੇਸ਼ਨ ਕੋਡ ਕਿਹੜਾ ਜੀ 1 2 ਆ ਤੁਸੀਂ ਦੇਖ ਸਕਦੇ ਜੀ 1 2 4 77 2 5 ਇਹ ਭਰ ਦੇਨੇ ਤੇ ਉਸ ਤੋਂ ਬਾਅਦ ਜਿਹੜਾ ਸੈਂਡ ਪਾਸਵਰਡ ਹੈ ਜੀ ਇਸ ਤੇ ਕਲਿੱਕ ਕਰ ਦੇਣਾ ਜੀ ਉਸ ਤੋਂ ਬਾਅਦ ਕੀ ਹੋਵੇਗਾ ਜੀ ਤੁਹਾਡੇ ਲਵੇ ਜਿਹੜਾ ਆਈਡੀ ਦੇ ਪਾਸਵਰਡ ਹੈ ਜੀ ਉਹ SMS ਰਾਹੀਂ ਤੁਹਾਡੇ ਲਵੇ ਪਹੁੰਚ ਜਾਵੇਗਾ ਜੀ ਠੀਕ ਹੈ ਇਸ ਤਰ੍ਹਾਂ ਤੁਸੀਂ ਰਿਕਵਰ ਕਰ ਸਕਦੇ ਹੋ ਕੋਈ ਵੀ ਆਈਡੀ ਪਾਸਵਰਡ ਜੇ ਤੁਹਾਡੇ ਕੋਈ ਵੀ ਗੱਲ ਨਹੀਂ ਸਮਝ ਲੱਗ ਰਹੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਜੀ